76 ਸਾਲਾਂ ਤੋਂ ਪਿੰਡ 'ਚ ਹਾਲੇ ਤੱਕ ਨਹੀਂ ਬਣਿਆ ਪੁਲ। ਪਿੰਡ ਵਾਸੀ ਕਿਸ਼ਤੀ ਰਾਹੀਂ ਸਫ਼ਰ ਕਰਨ ਨੂੰ ਮਜਬੂਰ। ਭਾਰੀ ਮੀਂਹ ਤੋਂ ਬਾਅਦ 7 ਪਿੰਡਾਂ ਦਾ ਦੇਸ਼ ਤੋਂ ਟੁੱਟਿਆ ਲਿੰਕ। ਤਾਂ ਦੱਸਦੇ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਪਿੰਡ ਅਜਿਹਾ ਵੀ ਹੈ ਜਿਸ ਦੇ ਵਿੱਚ ਪਿਛਲੇ 76 ਸਾਲਾਂ ਤੋਂ ਹਾਲੇ ਤੱਕ ਪੁਲ ਨਹੀਂ ਬਣਿਆ, ਜਿਸ ਕਰਕੇ ਉੱਥੋਂ ਦੇ ਪਿੰਡ ਵਾਸੀ ਕਿਸ਼ਤੀ ਦੇ ਵਿੱਚ ਸਫ਼ਰ ਕਰਨ ਨੂੰ ਮਜਬੂਰ ਨੇ। ਤਾਂ ਦੱਸ ਦਈਏ ਕਿ ਇਹ ਇੱਕ ਪਿੰਡ ਨਹੀਂ, ਇਸ ਦੇ ਨਾਲ ਦੇ ਅਜਿਹੇ 7 ਪਿੰਡ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਇਹਨਾਂ ਦਾ ਦੇਸ਼ ਤੋਂ ਲਿੰਕ ਟੁੱਟ ਜਾਂਦਾ ਹੈ ਅਤੇ ਆਉਣ ਜਾਣ ਦੇ ਲਈ ਇਹ ਕਿਸ਼ਤੀ 'ਤੇ ਸਫ਼ਰ ਕਰਨ ਨੂੰ ਮਜਬੂਰ ਹੁੰਦੇ ਨੇ। ਤਾਂ ਕਈ ਸਾਲਾਂ ਤੋਂ ਇਹ ਪਿੰਡ ਵਾਸੀ ਪੁਲ ਦੀ ਆਸ ਦੇ ਵਿੱਚ ਬੈਠੇ ਨੇ ਅਤੇ ਹਾਲੇ ਤੱਕ ਇਹਨਾਂ ਦੇ ਲਈ ਕੋਈ ਵੀ ਪੁਲ ਹੈ ਜਿਹੜਾ ਉਹ ਨਹੀਂ ਬਣਾਇਆ ਗਿਆ ਅਤੇ ਇਹਨਾਂ ਨੂੰ ਆਉਣ ਜਾਣ ਦੇ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਕਈ ਵਾਰ ਬਾਹਰੋਂ ਸਮਾਨ ਜਿਹੜਾ ਕਿ ਰੋਜ਼ਾਨਾ ਵਰਤੋਂ ਦੇ ਵਿੱਚ ਹੁੰਦਾ ਹੈ ਤਾਂ ਉਹ ਸਮਾਨ ਦੇ ਲਈ ਵੀ ਇਹਨਾਂ ਨੂੰ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ। ਤਾਂ ਆਜ਼ਾਦੀ ਸਮੇਂ ਤੋਂ ਇਹ ਲੋਕ ਪੁਲ ਦੀ ਆਸ ਦੇ ਵਿੱਚ ਬੈਠੇ ਨੇ ਅਤੇ 76 ਸਾਲਾਂ ਤੋਂ ਹਾਲੇ ਤੱਕ ਕਿਸੇ ਵੀ ਸਰਕਾਰ ਦੇ ਵੱਲੋਂ ਇਹਨਾਂ ਦੇ ਲਈ ਕੋਈ ਵੀ ਪੁਲ ਹੈ ਜਿਹੜਾ ਉਹ ਨਹੀਂ ਬਣਾਇਆ ਗਿਆ। ਤਾਂ 7 ਪਿੰਡ ਨੇ ਜਿੱਥੇ ਇਸ ਦੇ ਨਾਲ ਪ੍ਰਭਾਵਿਤ ਹੁੰਦੇ ਨੇ। ਤਾਂ ਇਸ ਸੰਬੰਧੀ ਪਿੰਡ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਕੋਈ ਵੀ ਕੁੜੀ ਉਹਨਾਂ ਦੇ ਪਿੰਡ ਦੇ ਵਿੱਚ ਵਿਆਹ ਕਰਨ ਨੂੰ ਰਾਜ਼ੀ ਨਹੀਂ ਹੁੰਦੀ। ਤਾਂ ਉਹਨਾਂ ਦੱਸਿਆ ਕਿ ਰਾਵੀ ਦਰਿਆ ਦੇ ਵਿੱਚ ਪਾਣੀ ਵਧਣ ਨਾਲ ਕਿਸ਼ਤੀ ਦਾ ਰਸਤਾ ਵੀ ਹੈ ਜਿਹੜਾ ਉਹ ਬੰਦ ਹੋ ਜਾਂਦਾ ਹੈ। ਤਾਂ 4 ਮਹੀਨੇ ਤੋਂ ਟਾਪੂ 'ਤੇ ਇੱਕ ਬੰਧਕ ਵਾਂਗ ਅਸੀਂ ਉੱਥੇ ਰਹਿੰਦੇ ਹਾਂ। ਤਾਂ ਦੱਸ ਦਈਏ ਕਿ ਇਹ ਪਿੰਡ ਦੀਨਾਨਗਰ 'ਤੇ ਨਜ਼ਦੀਕ ਨੇ। ਤਾਂ 7 ਪਿੰਡ ਨੇ ਜਿੱਥੇ ਭਾਰੀ ਮੀਂਹ ਤੋਂ ਬਾਅਦ ਇਹਨਾਂ ਦਾ ਦੇਸ਼ ਤੋਂ ਲਿੰਕ ਟੁੱਟ ਜਾਂਦਾ ਹੈ ਅਤੇ ਹਾਲੇ ਤੱਕ ਇਹਨਾਂ ਦੇ ਲਈ ਕੋਈ ਵੀ ਸਥਾਈ ਪੁਲ ਹੈ ਜਿਹੜਾ ਕਿਸੇ ਵੀ ਸਰਕਾਰ ਦੇ ਵੱਲੋਂ ਨਹੀਂ ਬਣਾਇਆ ਗਿਆ ਅਤੇ ਹਾਲੇ ਵੀ ਇਹ ਆਸ ਦੇ ਵਿੱਚ ਬੈਠੇ ਨੇ। ਬਹੁਤ ਮੁਸ਼ਕਲ ਹੈ ਸਰ, ਬਹੁਤ ਗਰਮੀ ਹੈ, ਜ਼ਿਆਦਾ ਗਰਮੀ ਹੈ। ਗਰਮੀ ਦੇ ਵਿੱਚ ਆਉਣਾ ਜਾਣਾ 3-4 ਘੰਟੇ ਇੱਥੇ ਬੇੜੀ 'ਤੇ ਲੱਗਦੇ ਆ। ਅਸੀਂ ਕੋਈ ਵੀ ਸਮਾਨ ਟਪਾਉਣਾ ਟਪਾ ਨਹੀਂ ਸਕਦੇ, ਜੇ ਪਾਣੀ ਵੱਧ ਜਾਂਦਾ ਅਤੇ ਫਿਰ ਅਸੀਂ ਉੱਧਰ ਦੇ ਉੱਧਰ ਸਾਡਾ ਕੁਛ ਵੀ ਨੁਕਸਾਨ ਹੋ ਸਕਦਾ। ਇਹਦੇ ਰੱਬ ਵੱਲੋਂ ਹੀ ਆ ਅਸੀਂ ਬਚੇ ਫਿਰਦੇ ਹਾਂ, ਨਹੀਂ ਤਾਂ ਸਾਡਾ ਕਿਤੇ ਕੋਈ ਸਰਕਾਰ ਨੇ ਕੁਝ ਨਹੀਂ ਸੋਚਿਆ। ਅਤੇ ਇੰਨੇ ਚਿਰਾਂ ਤੋਂ ਕਹਿੰਦੇ ਅਸੀਂ ਬਣਾ ਦਿੰਦੇ ਹਾਂ, ਅੱਜ ਕੰਮ ਲਾਉਂਦੇ ਹਾਂ, ਅੱਜ ਲਾਉਂਦੇ ਹਾਂ, ਅਤੇ ਅੱਜ ਤੱਕ ਤਾਂ ਕੋਈ ਵੀ ਨਹੀਂ। ਕਿੰਨੇ ਪਿੰਡਾਂ ਦਾ ਕੀ ਕਿੰਨੇ? 7 ਪਿੰਡ ਨੇ ਜੀ। ਬਹੁਤ ਲੋਕ ਇੱਧਰ ਜਿਹੜੇ ਆ, ਮਤਲਬ ਵੀ ਇੱਧਰ ਦੇ ਲੋਕਾਂ ਦੀਆਂ ਜ਼ਮੀਨਾਂ ਉੱਧਰ ਨੇ, ਅਤੇ ਇਸ ਕਰਕੇ ਆਉਣਾ ਜਾਣਾ ਬਹੁਤ ਦਿੱਕਤ ਹੈ। ਅਤੇ ਕਹਿੰਦੇ ਸੀ ਵੀ ਹੁਣ ਕੰਮ ਲੱਗ ਜਾਣਾ ਪੁਲ ਦਾ, ਅਤੇ ਅਜੇ ਤੱਕ ਤਾਂ ਕੋਈ ਤੁਹਾਨੂੰ ਲੱਗਦਾ ਵੀ ਤੁਸੀਂ ਅੱਜ ਤੱਕ ਯਾਦ ਹੋਏ ਨਹੀਂ? ਤੁਹਾਨੂੰ ਨਹੀਂ ਹੋਏ ਨਹੀਂ ਯਾਦ? ਕਿੱਥੋਂ ਹੋਣਾ ਜੀ, ਅਸੀਂ ਤਾਂ ਪਾਰ ਬਹੁਤ ਮੁਸ਼ਕਲ ਆ, ਉੱਥੇ ਬੈਠੇ ਆ ਸਾਵੇਂ, ਉੱਥੇ ਬਹਿਣੇ ਪੈਂਦਾ, ਮੀਂਹ ਝੜੀ ਆਏ, ਨਾ ਕੋਈ ਕਮਰਾ ਆ ਨਾ ਕੁਛ ਹੈ, ਅਤੇ ਧੁੱਪ ਦੇ ਵਿੱਚ ਆਣ ਕੇ 3-3 ਘੰਟੇ ਇੱਥੇ ਬੈਠੇ ਰਹਿੰਦੇ ਅਸੀਂ, ਅਤੇ ਫਿਰ ਜਾ ਕੇ ਕਿਤੇ ਇੱਧਰ ਆਈਦਾ, ਅਤੇ ਇੱਧਰੋਂ ਕੋਈ ਸਮਾਨ ਲੈ ਕੇ ਹੁਣ ਜਾਣਾ, ਅਤੇ 5 ਵਜੇ ਫਿਰ ਵਾਪਸ, ਅਤੇ ਪੂਰੀ ਦਿਹਾੜੀ ਗੁੱਲ ਇੱਦਾਂ ਭੱਜ ਜਾਂਦੀ ਹੈ। ਅਤੇ ਇਹ ਹੁਣ ਕੋਈ ਸਿਲੰਡਰ ਭਰਾ ਕੇ ਲਿਆਉਣਾ ਜਾਂ ਕੁਛ ਵੀ ਹੈ, ਅਤੇ ਬੱਚੇ ਭਾਈ ਜਾਂਦੇ ਆ ਸਵੇਰੇ ਆਣ ਕੇ, ਅਤੇ 8-9 ਵਜੇ ਆਣ ਕੇ ਬਹਿੰਦੇ ਆ, ਅਤੇ ਬੇ ਟਾਈਮੇ ਪੁੱਜਦੇ ਆ, ਬੇੜੀ ਜਦੋਂ ਪਏ ਪਾਣੀ ਵੱਧ ਹੁੰਦਾ ਉਦੋਂ, ਉਹਦੇ ਬਾਅਦ ਨਹੀਂ ਪੈਂਦੀ ਅਤੇ ਵਾਪਸ। ਅਤੇ ਹੋਰ ਕਿੱਦਾਂ ਮੁਸ਼ਕਲਾਂ ਆਉਂਦੀਆਂ? ਬਿਮਾਰ ਸਾਰੀਆਂ ਮੁਸ਼ਕਲਾਂ ਉਹ ਤਾਂ ਰੱਬ ਵੱਲੋਂ ਵਾਜੀਦਾ ਜੀ, ਇੱਥੇ ਜੇ ਬਿਮਾਰ ਬਿਮੂਰ ਹੋ ਜਾਏ, ਬਿਮਾਰ ਹੋ ਜੇ ਅਤੇ ਬੇੜੀ ਰਾਤ ਪੈਣੀ ਨਹੀਂ, ਪਾਣੀ ਵੱਧ ਹੋਏ ਤੇ, ਅਤੇ ਫਿਰ ਰੱਬ ਹੀ ਬਚਾ ਸਕਦਾ। ਜਿੱਦਾਂ ਪਿੱਛੇ ਆ ਸੜਕਾਂ ਸੁੜਕਾਂ ਕਾਫੀ ਟੁੱਟੀਆਂ, ਹਾਲ ਹੁਣ ਇਸ ਵੇਲੇ ਕੀ ਹਾਲਾਤ? ਹਾਂਜੀ, ਸੜਕਾਂ 'ਤੇ ਚਲੋ, ਸੜਕਾਂ ਨੂੰ ਅਸੀਂ ਕੀ ਕਰਨਾ ਜਦੋਂ ਸਾਨੂੰ ਲੰਘਣ ਨੂੰ ਹੀ ਨਹੀਂ ਸਾਧਨ ਨਹੀਂ, ਇੱਥੇ ਗਰਮੀ 'ਚ ਮਰਦੇ ਹਾਂ, ਅਸੀਂ ਸੜਕਾਂ ਨੂੰ ਕੀ ਕਰੀਏ? ਤਾਂ ਸਰਕਾਰਾਂ ਵਾਅਦੇ ਕਰਦੀਆਂ, ਪੂਰੇ ਵਾਅਦੇ ਕਰਕੇ ਤਾਂ ਕਰਦੀਆਂ ਕੁਛ ਨਹੀਂ। ਅਸੀਂ ਬੜਾ ਸੋਚਿਆ ਸੀ ਵੀ ਭਗਵੰਤ ਮਾਨ ਸਰਕਾਰ ਜਿਹੜੀ ਆਵੇਗੀ, ਕੋਈ ਨਾ ਕੋਈ ਨਵਾਂ ਜਿਹੜਾ ਆ ਸਾਡਾ ਕੁਛ ਸੁਣੇਗਾ। ਮਤਲਬ ਕਿ ਇੰਨੇ ਚਿਰ ਤੋਂ ਜੇ ਮਤਲਬ ਕਿ ਕਹਿਣ ਡੇ ਹਾਂ ਵੀ ਪੁਲ ਸਹਿਤ ਕੰਮ ਲਾ ਦੇਣ, ਸੈਂਟਰ ਸਰਕਾਰ ਨੇ ਪੈਸੇ ਹੀ ਪਾਏ ਨੇ, ਅਤੇ ਇਹ ਅਜੇ ਤੱਕ ਸਰਕਾਰਾਂ ਕਰਦੀਆਂ ਕੁਛ ਨਹੀਂ। SDM ਕੋਲ ਗਏ ਆ, DC ਕੋਲ ਗਏ ਆ, ਕਹਿੰਦੇ ਹੋ ਜਾਏਗਾ ਹੋ ਜਾਏਗਾ, ਅਜੇ ਤੱਕ ਤਾਂ ਕੁਛ ਵੀ ਨਹੀਂ ਹੋਇਆ।
ਅਸੀਂ ਤਾਂ ਬੜੀ ਆਸ ਰੱਖੀ ਵੀ ਚਲੋ ਸਾਨੂੰ ਵੀ ਜੀਣ ਦਾ ਕਿਤੇ ਥੋੜ੍ਹਾ ਜਿਹਾ ਮੌਕਾ ਮਿਲ ਜੇ, ਅਤੇ ਕੁਝ ਤਾਂ ਵਿਚਾਰੇ ਇੱਦਾਂ ਹੀ ਜ਼ਿੰਦਗੀ ਹੁਣ ਕੱਢੀ ਜਾਂਦੇ, ਲੋਕ ਮਰ ਮੁੱਕ ਗਏ ਨੇ ਅਤੇ ਕੁਛ ਬਹੁਤ ਖੱਜਲ ਖਰਾਬੀ ਹੈ ਜੀ। ਇਹ ਭਗਵੰਤ ਮਾਨ ਤੋਂ ਕੋਈ ਜ਼ਿਆਦਾ ਆਸ ਨਹੀਂ? ਬਹੁਤ ਜ਼ਿਆਦਾ ਆਸ ਜੀ, ਇਹ ਤਾਂ ਹੈਗੀ ਸੀ, ਪਰ ਇਹਨੇ ਵੀ ਇਹਦੀ ਵੀ ਆਸਾਂ ਜਾਂਦਾ ਪੇੜੀ ਦਾ ਸਾਧਨ ਹੈ ਜੀ। ਕੀ ਮੁਸ਼ਕਲਾਂ? ਸਭ ਮੁਸ਼ਕਲਾਂ ਮੁਸ਼ਕਲਾਂ, ਪਾਣੀ ਜਾ ਕੇ ਤਾਂ ਵੀ ਨਹੀਂ ਪੈਣੀ, ਹਾਲ ਮਾੜਾ ਆ ਫਿਰ। ਹਰ ਵਾਰੀ ਆਉਂਦੇ ਆ ਕਹਿੰਦੇ ਪੁੱਲ ਬਣ ਜਾਣਾ, ਪੁੱਲ ਬਣ ਜਾਣਾ, ਅਤੇ ਪੁੱਲ ਦਾ ਤਾਂ ਕੋਈ ਹਿਸਾਬ ਤਾਂ ਨਹੀਂ ਲੱਗਦਾ। ਸਰਕਾਰਾਂ ਬੜੀਆਂ ਆਈਆਂ, ਬੜੀਆਂ ਗਈਆਂ, ਐਵੇਂ ਬਰਫ਼ ਦਾ ਮੁੜਾ ਜਿਹਾ ਬਣਾ ਕੇ ਦੇ ਛੱਡਦੇ ਇੱਕ, ਜਦੋਂ 3 ਮਹੀਨੇ ਬਾਅਦ ਘੁਲ ਜਾਂਦੀ ਆ ਅਤੇ ਬਾਅਦ 'ਚ ਨਾਲ ਹੀ ਕੰਮ ਬਸ। ਕਿਹੜਾ ਪਿੰਡ ਤੁਹਾਡਾ ਸਰ? ਮੇਰਾ ਪਿੰਡ ਪੱਖੋ ਚੱਕ। ਅਤੇ ਕਿੱਦਾਂ ਇੱਥੇ ਸਾਡੀ ਜ਼ਮੀਨ ਹੈ ਜੀ? ਅੱਛਾ, ਹਾਂਜੀ। ਬਾਕੀ ਭਾਅ ਜੀ ਉਹਨਾਂ ਪੁੱਛ ਲਓ ਕਿੱਦਾਂ ਫਿਰ ਦਰਿਆ ਜਦੋਂ ਕੱਟ ਜਾਂਦਾ ਕਿੰਨੇ ਫਿਰ ਟਾਪੂ ਬਣ ਗਏ ਪਿੰਡ? ਜੇ ਦਰਿਆ ਸੀ ਅਤੇ ਬੇੜੀ 'ਤੇ ਆਉਣਾ ਜਾਣਾ, ਕਿੱਥੇ ਜਾਣਾ ਜੀ? ਬਸ ਹੋਰ ਤਾਂ ਕੋਈ ਸਾਧਨ ਨਹੀਂ ਬੇੜੀ ਤੋਂ ਇਲਾਵਾ। ਕਿੰਨੇ ਮਹੀਨੇ ਫਿਰ ਪੁੱਲ ਪੈਂਦਾ? ਪੁੱਲ ਪੈਂਦਾ ਕੋਈ 7 ਕੁ ਮਹੀਨੇ, ਅਤੇ ਬਾਕੀ ਇੱਥੇ ਚੱਲਦਾ ਜੀ ਬੇੜੀ 'ਤੇ ਕੰਮ। ਬੱਚੇ ਮਾਸਟਰ ਪੁੱਜਣਗੇ ਕਿਹੜੇ ਵੇਲੇ ਬੱਚੇ ਨੂੰ ਪੜ੍ਹਾਉਣਗੇ? 11 ਵਜੇ ਸਕੂਲ 'ਚ ਪੁੱਜਣਗੇ। ਸਾਡੇ 7 ਪਿੰਡ ਨੇ ਲਾਏ, ਦੋਵੇਂ ਦਰਿਆ ਪਾਰ ਕਰਕੇ 7 ਪਿੰਡ ਨੇ। ਇਹਦਾ ਪੁੱਲ ਦਾ ਪੈਸਾ ਮਨਜ਼ੂਰ ਵੀ ਹੋ ਗਿਆ ਸੈਂਟਰ 'ਚ, ਸਭ ਕੁਝ ਆ ਗਿਆ, ਪਰ ਪੰਜਾਬ ਸਰਕਾਰ ਇਹਨੂੰ ਅੱਗੇ ਕੰਮ ਨਹੀਂ ਤੋਰ ਰਹੀ। ਬਹੁਤ ਵਾਰ ਜਾ ਰਿਹਾ ਡੀ ਸੀ 'ਤੇ, ਜਾ ਰਿਹਾ SDO ਨੂੰ ਮਿਲਿਆ, ਬੜਾ ਵਾਰ ਮਿਲਿਆ, ਪਰ ਕੋਈ ਇਹਨੂੰ ਕਹਿੰਦਾ ਅੱਜ ਹੋ ਜਾਂਦਾ ਕੱਲ੍ਹ ਹੋ ਜਾਂਦਾ, ਬਸ ਲਾਰੇ ਬੁਲਾ ਰਹੀ ਹੈ, ਕੋਈ ਕੰਮ ਨਹੀਂ। ਇਹ ਤੋਂ ਹੁਣ ਪਤਾ ਲੱਗਾ ਵੀ ਨਿੱਕੇ ਪੋਸਟ ਦੇ ਸਾਹਮਣੇ ਬਾਰਡਰ ਦੇ ਕੰਢਿਆ ਬਿਲਕੁਲ ਠੱਕਪੁਰ ਸਾਹਮਣੇ, ਉੱਥੇ ਕਹਿੰਦੇ ਵੀ ਉਹ ਪੁੱਲ ਲੱਗਾ ਵੱਜਣ, ਉਹ ਆਪਣੀ ਪੋਸਟ BSF ਵਾਸਤੇ ਵੱਜਣ ਲੱਗਾ, ਸਾਡੇ ਲੋਕਾਂ ਵਾਸਤੇ 7 ਪਿੰਡ ਨੇ, ਅਸੀਂ ਜਨਤਾ ਕਿੰਨੀ ਖਰਾਬ ਹੁੰਦੀ ਹੈ, ਇਹਦੇ ਬਾਰੇ ਕਿਸੇ ਨੇ ਖਿਆਲ ਨਹੀਂ ਕਰ ਦਿੰਦੇ ਕੋਈ ਵੀ। ਤੁਹਾਨੂੰ ਲੱਗਦਾ ਇਹ ਯਾਦ ਹੋਇਆ? ਕੋਈ ਯਾਦ ਨਹੀਂ ਸਾਨੂੰ, ਯਾਦ ਹੀ ਕਾਹਦੀ ਸਾਨੂੰ ਜੀ। ਹੁਣ ਤੁਸੀਂ ਆਹ ਦੇਖਿਆ, ਦੇਖਣਾ ਪਾਣੀ, ਉਹ ਚਾਹੁੰਦੇ ਜਿਸ ਦਿਨ ਪਾਣੀ ਆ ਗਿਆ ਸਾਡਾ ਲਿੰਕ ਕੱਟ ਜਾਣਾ, ਦੋ ਦਿਨ ਸਾਡਾ ਉੱਧਰ ਸੰਪਰਕ ਟੁੱਟ ਜਾਣਾ ਬਿਲਕੁਲ ਜੀ, ਬਿਲਕੁਲ ਸੰਪਰਕ ਟੁੱਟ ਜਾਣਾ ਸਾਡਾ, ਕੋਈ ਸਾਨੂੰ ਹੋਰ ਲਾਂਘਾ ਨਹੀਂ ਇੱਧਰ ਨੂੰ, ਆਹ ਜਾ ਕੇ ਹੋਈ ਹੈ ਸਾਨੂੰ ਇੱਥੋਂ ਇੰਨੇ ਲੰਘਾ। ਅਤੇ ਕੀ ਅਪੀਲ ਕੀ ਹੈ ਸਰਕਾਰਾਂ? ਅਪੀਲ ਤਾਂ ਇਹੋ ਹੀ ਆ ਸਾਨੂੰ ਵੀ ਜੋ ਪਿਆ ਜੀ ਆ ਸੈਂਟਰ ਵੱਲੋਂ ਆਏ ਦਾ, ਪੁੱਲ ਦਾ ਮਨਜ਼ੂਰ ਹੋ ਰਿਹਾ, ਸਭ ਕੁਝ ਹੋਏ ਦਾ, ਪਹਿਲੀ ਲੋਕਾਂ ਨੇ ਜਿਹਨਾਂ ਦੀਆਂ ਪਹਿਲੀਆਂ ਜ਼ਮੀਨਾਂ ਆ ਰਹੀਆਂ ਨੇ ਉਹਨਾਂ ਦੇ ਖਾਤੇ ਪੈਸੇ ਪਾਉਣ ਅਤੇ ਕੰਮ ਸ਼ੁਰੂ ਹੋਏ, ਪੈਸੇ ਪਾਉਂਦੇ ਨਹੀਂ ਪਏ ਅਤੇ ਖਾਤਾ ਕੰਮ ਕਿੱਦਾਂ ਸ਼ੁਰੂ ਹੋਏ? ਪੈਸਾ ਵੀ ਆਇਆ ਨਹੀਂ ਆਇਆ ਤਾਂ ਵੀ ਗੱਲ, ਹੁਣ ਗੱਲ ਤਾਂ ਸਾਰੀ ਪੰਜਾਬ ਸਰਕਾਰ ਦੇ ਸਿਰ 'ਤੇ ਆ, ਲਾਰੇ ਲਾਈ ਜਾਂਦੇ ਨੇ। ਇੱਕ ਵਾਰੀ ਨਹੀਂ, ਬੜੀ ਬਹੁਤ ਵਾਰ DC ਸਾਹਿਬ ਦੇ ਗਿਆ, DC ਸਾਹਿਬ ਕਹਿੰਦਾ ਵੀ ਦੀਨਾਨਗਰ SDM 'ਤੇ ਜਾਓ, SDM ਕੋਲ ਬੜੀ ਵਾਰ ਗਿਆ, ਹੁਣ ਚੱਕਰੀ ਪਿਛਲੀ ਵਾਰ ਬਾਈਕਾਟ ਕੀਤਾ ਸੀ, ਐ ਕਿਹਾ SDM ਖੁਦ ਸਾਡੇ ਕੋਲ ਤੁਰ ਕੇ ਆਇਆ, ਤੁਸੀਂ ਵੋਟਾਂ ਜ਼ਰੂਰ ਪਾਓ, ਤੁਹਾਡਾ ਕੰਮ ਅਸੀਂ ਸ਼ੁਰੂ ਕਰ ਦਾਂਗੇ। ਵੋਟਾਂ ਵੀ ਆ ਕੇ ਪਾਤੀਆਂ ਸੀ, ਹੋਇਆ ਕੁਛ ਨਹੀਂ ਅੱਜ ਤੱਕ, ਸਾਨੂੰ ਕੋਈ ਨਹੀਂ ਦੱਸੇਗਾ ਦੇ, ਹੁਣ ਦੱਸੋ ਅਸੀਂ ਕੀ ਕਰੀਏ ਇਹਦੇ ਵਿੱਚ।